ਅੱਜ ਕੱਲ੍ਹ ਫਿਲਮਾਂ ਵਿੱਚ ਚੱਲ ਰਹੇ ਆਈਡੀਏ ਲੀਡਰਾਂ 'ਤੇ ਵੀ ਹਾਵੀ ਹੋ ਰਹੇ ਨੇ, ਜੋ ਕਈ ਵਾਰ ਹਾਨੀਕਾਰਕ ਅਤੇ ਕਈ ਵਾਰ ਲਾਭਦਾਇਕ ਸਾਬਤ ਹੋ ਜਾਂਦੇ ਨੇ। ਜੇਕਰ ਗੱਲ ਕਰੀਏ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਦੀ, ਤਾਂ ਉਹ ਅੱਜ ਕੱਲ੍ਹ ਫਿਲਮ ਨਾਇਕ ਦੀ ਰਾਹਾਂ 'ਤੇ ਚੱਲ ਰਹੇ ਹਨ। ਉਹਨਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਉਹਨਾਂ ਦੇ ਸੁਝਾਵ ਲੈਣ ਲਈ ਬਕਸੇ ਲਗਾਏ ਗਏ ਹਨ। ਇਹਨਾਂ ਵਿੱਚੋਂ ਪਹਿਲਾ ਬਕਸਾ ਡੀਸੀ ਦਫ਼ਤਰ ਕੰਪਲੈਕਸ ਵਿੱਚ ਲਗਵਾ ਕੇ ਬਕਾਇਦਾ ਸ਼ੁਰੂਆਤ ਕਰ ਦਿੱਤੀ ਗਈ ਹੈ। ਜੋ ਇਹ ਬਾਕਸ ਲਗਾਇਆ ਹੈ ਯਹਾਂ ਪੇ ਕਚਹਿਰੀ ਮੇਂ, ਉਸਕਾ ਮੇਨ ਮਕਸਦ ਇਹ ਹੈ ਜੋ ਕੈਪਟਨ ਸਾਹਿਬ ਨੇ ਕਿਹਾ ਹੈ ਕਿ ਅੱਛੀ ਐਡਮਿਨਿਸਟ੍ਰੇਸ਼ਨ ਦੇਣੀ ਹੈ ਲੋਕੋ ਕੋ, ਲੋਕੋ ਕੀ ਮੁਸ਼ਕਿਲੇ ਕੇ ਲੀਏ ਔਰ ਲੋਕੋ ਕੇ ਮਸਲੋਂ ਕੇ ਲੀਏ। ਹਮ ਹਮੇਸ਼ਾ ਚਾਹਤੇ ਹੈ ਕਿ ਲੋਕ ਹਮੇਂ ਬਤਾਏ ਔਰ ਉਨਕਾ ਹਮ ਕੋਈ ਨਾ ਕੋਈ ਸਵਿਧਾਨ ਕਰ ਸਕੇ। ਸੋ ਮੈਂ ਸਮਝਦਾ ਕਿ ਕਈ ਵਾਰੀ ਕਈ ਲੋਕ ਸਾਡੇ ਕੋਲ ਨਹੀਂ ਅਪਰੋਚ ਕਰ ਸਕਦੇ, ਕਈ ਵਾਰੀ ਮੈਂ ਆਊਟ ਆਫ ਸਟੇਸ਼ਨ ਹੋ ਸਕਦਾ। ਇਸ ਕਰਕੇ ਲਾਇਆ ਕਿ ਜੇ ਕਿਸੇ ਵੀ ਸੱਜਣ ਨੂੰ ਕੋਈ ਵੀ ਮੁਸ਼ਕਲ ਹੋਵੇ, ਕੋਈ ਵੀ ਮਸਲਾ ਹੋਵੇ, ਕੋਈ ਵੀ ਸੁਝਾਅ ਹੋਵੇ, ਉਹ ਲਿਖ ਕੇ ਇਹਦੇ ਵਿੱਚ ਪਾਉਣ, ਆਪਦਾ ਟੈਲੀਫੋਨ ਨੰਬਰ ਲਿਖਣ। ਹਰੇਕ ਫਰਾਈਡੇ ਨੂੰ ਮੈਂ ਇਹਨੂੰ ਖੋਲ੍ਹਿਆ ਕਰਾਂਗਾ, ਆਨ ਕਰਨੇ ਕੀ ਕੋਸ਼ਿਸ਼ ਕਰੇਗੇ। ਔਰ ਕੋਸ਼ਿਸ਼ ਹੈ, ਮੇਨ ਇਹ ਹੈ, ਇੰਟੈਂਸ਼ਨ ਕੀ ਹੈ, ਇੰਟੈਂਸ਼ਨ ਕੀ ਹੈ, ਇਹਦੀ ਇੰਟੈਂਸ਼ਨ ਬੜੀ ਕਲੀਅਰ ਹੈ ਇਸ ਬਾਕਸ ਦੀ ਕਿ ਹਰੇਕ ਇਨਸਾਨ ਤੱਕ ਅਸੀਂ ਪਹੁੰਚ ਕਰ ਸਕੀਏ, ਉਹ ਸਾਡੇ ਤੱਕ ਪਹੁੰਚ ਕਰ ਸਕੇ, ਤਾਂ ਕਿ ਉਹਨਾਂ ਦੀ ਮੁਸ਼ਕਲ, ਉਹਨਾਂ ਦਾ ਮਸਲਾ ਅਸੀਂ ਹੱਲ ਕਰ ਸਕੀਏ। ਆਮ ਨਾਗਰਿਕ ਨੂੰ ਬਹੁਤ ਜ਼ਿਆਦਾ ਫਾਇਦਾ ਜੀ ਇਸ ਗੱਲ ਦਾ, ਵੀ ਜਿਹੜਾ ਕੋਈ ਅਫਸਰ ਨਹੀਂ ਗੱਲ ਸੁਣਦਾ ਜਾਂ ਕੋਈ ਗੱਲਬਾਤ ਹੈਗੀ ਆ, ਆਪਦਾ ਸੁਝਾਅ ਦੇ ਸਕਦੇ ਆ। ਕੋਈ ਗੱਲ ਗਲਤ ਹੁੰਦੀ ਆ, ਉਹਦਾ ਸੁਝਾਅ ਦੇ ਸਕਦੇ ਆ ਵੀ ਗੱਲ ਇੱਥੇ ਆਹ ਸੁਝਾਅ ਹੋਣਾ ਚਾਹੀਦਾ, ਆਹ ਕੰਮ ਇੱਥੇ ਗਲਤ ਹੁੰਦਾ, ਇਹਨੂੰ ਸਹੀ ਹੋਣਾ ਚਾਹੀਦਾ। ਲੋਕਾਂ ਦੀ ਪਰੇਸ਼ਾਨੀ ਘੱਟ ਜੂਗੀ? ਹਾਂ, ਲੋਕਾਂ ਦੀ ਪਰੇਸ਼ਾਨੀ ਘੱਟ ਜੂਗੀ। ਇਸ ਤੋਂ ਪਹਿਲਾਂ ਵਾਲੇ MLA ਸਾਹਿਬ ਨੇ ਵੀ ਲਾਏ ਸੀ ਸੁਝਾਅ, ਕੀ ਉਹਦਾ ਤੁਹਾਨੂੰ ਫਾਇਦਾ ਮਿਲਿਆ ਸੀ? ਉਹਨਾਂ ਦਾ ਕੋਈ ਜ਼ਿਆਦਾ ਕੋਈ ਲਾਭ ਨਹੀਂ ਮਿਲਿਆ ਜੀ, ਬਾਕਸ ਉਵੇਂ ਪਏ ਰਹੇ, ਲੋਕ ਉਹਨਾਂ ਨੂੰ ਜੰਗਾਲ ਲੱਗ ਗਈ ਸੀਗੀ, ਇੱਥੇ ਵੇਂਦੇ ਰਹੇ ਅਸੀਂ ਆ ਕੇ, ਬਾਕਸ ਵੀ ਸਾਰੇ ਜੰਗਾਲੇ ਗਏ ਸੀਗੇ, ਕਿਸੇ ਨੇ ਆ ਕੇ ਉਹਨਾਂ ਨੂੰ ਖੋਲ੍ਹਿਆ ਨਹੀਂ ਗਾ, ਉਵੇਂ ਪਏ ਰਹੇ ਇੱਥੇ। ਫਰੀਦਕੋਟ ਤੋਂ ਜਾਗਰਤੀ ਲਹਿਰ ਦੇ ਲਈ ਗੁਰਜੀਤ ਰੋਮਾਨਾ ਦੀ ਰਿਪੋਰਟ।